मनी लॉन्ड्रिंग मामले दे विच दिल्ली विखे जेल दे विच बंद आम आदमी पार्टी आगू संजय सिंह दे खिलाफ मानहानि दा मामला दर्ज करवाउण वाले श्रोमणी अकाली दल आगू बिक्रमजीत सिंह मजीठिया अदालत दे विच पेश होए हन। पेशी मगरों उन्हां मजाकिया लिहाजे विच किया है कि जिथे संजय सिंह नूं उह पहुंचाउणा चाहुंदे सन उत्थे पहलां ही उह अपने कर्मां करके पहुंच चुके हन। उन्हें कहा है कि आम आदमी पार्टी के सुप्रीमो अरविंद केजरीवाल तो पहला ही उन्हों तो हाथ जोड़ के माफ़ी मांग चुके सन अते हुण संजय सिंह की वारी सी, पर उसनू पहला ही ईडी ने जेल दे विच डक दिता है। बिक्रमजीत सिंह मजीठिया ने कहा है कि दिल्ली अते पंजाब नू बदलाव के नाम उत्ते ठगण वाले आम आदमी पार्टी के लीडर का सच हुण दिल्ली की जनता के अगे आ चुकिया है। शराब घोटाले दे विच पहला दिल्ली दे साबका उप मुख्यमंत्री मनीष सिसोदिया जेल पहुँचे अते हुण दिल्ली तो आम आदमी पार्टी दे संसद मैंबर संजय सिंह नू मनी लॉन्ड्रिंग मामले दे विच ईडी ने जेल दे अंदर डक दिता है। मजीठिया ने कहा है कि जिस भी शख्स ने मिली शक्ति की दुरवरतों की है तो उसनू सज़ा जरूर मिली है। अरविंद केजरीवाल ने ते आशीष कैतान ने माफ़ी मंग ली आ। वो संजय सिंह का केस सी, मकसद तो उन्होंने अंदर कराउण दा सी, ते रब वल्लों आप ही अंदर हो गया। तो हुण तां उहदे नाल हमदर्दी है कि भाई असी तो जिहड़ा काम कोर्ट राही कराउणा सी रब नहीं सुन ली पहलां, तो हुण की कहना उहदे बारे। सर सानू जिहड़ा कहिंदा सी कालर तो फड़ के अंदर करावांगे, आप ही कालर तो फड़ के उन्होंने अंदर देता, हुण आ जाए बाहर। ਸਰ ਵੇਖਿਆ ਗਿਆ ਕਿ ਹਰ ਵਾਰੀ ਕੇਜਰੀਵਾਲ ਸਰਕਾਰ ਨੇ ਪੰਜਾਬ ਨਾਲ ਧੋਖਾ ਵੀ ਕੀਤਾ ਅਤੇ ਪਰਮਾਤਮਾ ਹਰ ਬੰਨੇ ਸੱਚਾਈ ਦਾ ਸਾਥ ਦੇ ਰਿਹਾ। ਦੇਖੋ ਗੁਰੂ ਸਾਹਿਬ ਦੀ ਬੜੀ ਬਖਸ਼ਿਸ਼ ਹੈ, ਮੈਂ ਹਮੇਸ਼ਾ ਇਹ ਗੱਲ ਕਹਿੰਦਾ, ਲੱਲੂ ਕਰੇ ਕਵੱਲੀਆਂ ਰੱਬ ਛਿੱਟੀਆਂ ਪਾਵੇ। ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਪਾਵਰ ਦੀ ਦੁਰਵਰਤੋਂ ਕੀਤੀ, ਝੂਠ ਦਾ ਸਹਾਰਾ ਲਿਆ, ਝੂਠ ਦੀ ਪੋਲੀਟਿਕਸ ਕੀਤੀ, ਅੱਜ ਸਾਰੇ ਐਕਸਪੋਜ਼ ਹੋ ਇੱਕ ਇੱਕ ਕਰਕੇ ਇਹ ਸਾਰੇ ਅੰਦਰ ਜਾ ਰਹੇ। ਇਸ ਲਈ ਇਹ ਜਿੱਥੇ ਰੱਬ ਦਾ ਇਨਸਾਫ ਹੈ ਉਦੋਂ ਉੱਤੋਂ ਦੀ ਤਾਂ ਕੋਈ ਇਨਸਾਫ ਹੀ ਨਹੀਂ। ਇਸ ਲਈ ਹੁਣ ਮੈਂ ਉਹਨਾਂ ਬਾਰੇ ਕੀ ਕਹਿਣਾ ਕੀ ਨਹੀਂ ਕਹਿਣਾ। ਕਈ ਮਾਫ਼ੀ ਮੰਗ ਕੇ ਹੱਥ ਜੋੜ ਕੇ ਮਾਫ਼ੀ ਮੰਗ ਕੇ ਲੰਮੇ ਪੈ ਕੇ ਭੱਜੇ ਆ। ਇਹ ਗੁਰੂ ਦੇ ਘਰ 'ਚ ਲੋਕਾਂ ਦੀ ਕਚਹਿਰੀ 'ਚ, ਗੁਰੂ ਦੀ ਕਚਹਿਰੀ 'ਚ ਸੱਚਾਈ ਦੀ ਜਿੱਤ ਹੋਣੀ ਸੀ। ਹੁਣ ਉਹਦਾ ਪ੍ਰੋਡਕਸ਼ਨ ਵਾਰੰਟ ਮੰਗਿਆ ਜੀ ਉਹਨਾਂ ਦੇ ਵਕੀਲ ਸਾਹਿਬ ਨੇ, ਸੋ ਉਹਨੂੰ ਹੁਣ ਲੈ ਕੇ ਆਉਣਗੇ। ਹੁਣ ਪਿੰਜਰੇ ਵਾਲੀ ਗੱਡੀ 'ਚ ਆਊ, ਜਿਸ 'ਚ ਜਾਣਾ ਜਾਣ ਦੀ ਮੈਂ ਗੱਲ ਕੀਤੀ ਸੀ। ਲੈ ਆਉਣ, ਸਾਨੂੰ ਤਾਂ ਕੀ, ਅਸੀਂ ਤਾਂ ਸਤਿਕਾਰ ਹੀ ਕਰਾਂਗੇ ਭਾਈ। ਹੁਣ ਜਦੋਂ ਮੇਰਾ ਕਾਹਦਾ ਇਹਦੇ 'ਚ ਪੋਲੀਟਿਕਸ ਕਰ ਰਿਹਾ। ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਜਿਹੜੇ ਸ਼ਿਕੰਜੇ ਨੇ ਅਫਸਰਾਂ 'ਤੇ ਵੀ ਦੱਸੇ ਜਾ ਰਹੇ ਨੇ, ਰਿਵਾਇਤੀ ਪਾਰਟੀਆਂ 'ਤੇ ਵੀ ਦੱਸੇ ਜਾ ਰਹੇ, ਉਹਨਾਂ ਦਾ ਕਹਿਣਾ ਕੋਈ ਬਖਸ਼ਿਆ ਨਹੀਂ ਜਾਏਗਾ। ਅਕਾਲੀ ਦਲ ਨੂੰ ਕਿਸ ਤਰੀਕੇ ਨਾਲ ਦੇਖਦਾ ਹੁਣ ਜਿਹੜੀ, ਉਹਨਾਂ ਨੇ ਕਿਹਾ ਕਿ ਓਪਨ ਡਿਬੇਟ 'ਤੇ ਵੀ ਲੋਕ ਪਿੱਛੇ ਹਟਦੇ ਨਜ਼ਰ ਆ ਰਹੇ, ਅਸੀਂ ਤਾਂ ਖੁੱਲ੍ਹਾ ਚੈਲੇਂਜ ਕੀਤਾ ਸੀ ਕਿ ਅੱਗੇ ਸ਼ਿਕੰਜਾ ਤਾਂ ਮੇਰਾ ਵੀ ਇਹਨਾਂ 'ਤੇ ਕੱਸਿਆ ਜਾ ਰਿਹਾ। ਜੈਨ ਸਾਹਿਬ ਇਹਨਾਂ ਦੇ ਮੰਤਰੀ ਸਾਹਿਬ ਪਹਿਲਾਂ ਅੰਦਰ ਹੋ ਗਏ, ਉਸ ਤੋਂ ਮਗਰੋਂ ਮਨੀਸ਼ ਸਿਸੋਦੀਆ ਹੋ ਗਿਆ ਜਿਹੜਾ ਇਹਨਾਂ ਦਾ ਆਈਜ਼ ਐਂਡ ਈਅਰ ਸੀ ਅਰਵਿੰਦ ਕੇਜਰੀਵਾਲ ਦਾ, ਸੰਜੇ ਸਿੰਘ ਹੋ ਗਿਆ, ਹੁਣ ਤਾਂ ਦੋ ਤਿੰਨ ਹੀ ਰਹਿ ਗਏ ਆ। ਇਹਨਾਂ ਦੀ ਗਿਣਤੀ ਤਾਂ ਇਹਨਾਂ ਦੀ ਪੁੱਠੀ ਸ਼ੁਰੂ। ਔਰ ਮੈਂ ਸਮਝਦਾ ਕਿ ਪੰਜਾਬ 'ਚ ਵੀ ਬੜੀ ਛੇਤੀ ਇੰਡੀਪੈਂਡੈਂਟ ਇਨਕੁਆਇਰੀ CBI ਇਨਕੁਆਇਰੀ ਲਿਕਰ ਮਾਫੀਆ 'ਤੇ ਚੱਲ ਰਹੀ ਆ। ਉਹਦੇ 'ਚ ਵੀ ਕਈ ਅਫਸਰ ਨੇ ਜਿਨ੍ਹਾਂ ਨੇ ਇਹਨਾਂ ਦੀ ਮਦਦ ਕੀਤੀ ਹੈ ਕੈਪਸ ਨੇ ਅਰਗਿਆਂ ਦੇ, ਉਹਨਾਂ ਐਕਸਪੋਜ਼ ਹੋਣਾ। ਔਰ ਕਿਸ ਤਰ੍ਹਾਂ ਜਿਨ੍ਹਾਂ ਨੇ ਦਿੱਲੀ 'ਚ ਫਾਇਦਾ ਲਿਆ ਉਹ ਵੀ ਐਕਸਪੋਜ਼ ਹੋਣਗੇ। ਔਰ ਨਾਲ ਹੀ ਮਾਈਨਿੰਗ 'ਚ ਜਿਹਦੇ 'ਚ ਹਰਜੋਤ ਬੈਂਸ ਦਾ ਸਿੱਧਾ ਹੀ ਨਾਂ ਆ ਰਿਹਾ, ਫੋਰੈਸਟ ਲੈਂਡ 'ਚ ਆਪਦੇ ਬੇਨਾਮੀ ਜਿਹੜੇ ਕ੍ਰਸ਼ਰ ਚਲਾ ਰਹੇ ਆ ਉਹ, ਔਰ ਉਹ SSP ਵਿਵੇਕ ਸੋਨੀ ਦੀ ਖਿਚਾਈ ਹੋਈ ਹੋਈ ਆ ਕੋਰਟ 'ਚੋਂ, ਜਸਟਿਸ ਸ਼ਰਾਵਤ ਸਾਹਿਬ ਦੀ ਕੋਰਟ 'ਚੋਂ, ਕਿ ਤੂੰ ਟਰੱਕ ਡਰਾਈਵਰ ਨੂੰ ਫੜ ਲਿਆਉਣਾ। ਅਤੇ ਟਰੱਕ ਡਰਾਈਵਰ ਤਾਂ ਮਾਈਨਿੰਗ ਕਰ ਨਹੀਂ ਰਿਹਾ। ਮਨਜਿੰਦਰ ਲਾਲਪੁਰੇ ਦਾ ਕੇਸ ਹੈ, ਬੜੀ ਕੇਸ ਨੇ ਇਹਨਾਂ ਦੇ ਮਾਈਨਿੰਗ ਦੇ। ਇਸ ਲਈ ਇਹਦੇ 'ਚ ਵੀ ਬੜੀ ਛੇਤੀ ਮਾਈਨਿੰਗ 'ਚੋਂ ਕਿੱਥੋਂ 20,000 ਕਰੋੜ ਕਮਾਉਣਾ ਸੀ, ਕਿੱਥੋਂ ਕਮਾਈ ਤਾਂ ਆਮ ਆਦਮੀ ਪਾਰਟੀ ਦੇ ਦਫ਼ਤਰਾਂ 'ਚ ਜਾ ਰਹੀ, ਇਹ ਸਾਰੀ ਚੀਜ਼ਾਂ ਐਕਸਪੋਜ਼ ਹੋਣ। ਹੋਰ ਨਵੀਆਂ ਖਬਰਾਂ ਦੇਖਣ ਦੇ ਲਈ ਸਬਸਕ੍ਰਾਈਬ ਕਰੋ PBX ਨਿਊਜ਼ ਦਾ ਅਫੀਸ਼ੀਅਲ YouTube ਚੈਨਲ।